ਦੇਖੋ ਜੀ, ਇਹ ਖਾਲਸਾ ਏਡ ਦਾ ਬਹੁਤ ਵੱਡਾ ਉਪਰਾਲਾ ਹੈ, ਬਹੁਤ ਵੱਡੀ ਸੇਵਾ ਹੈ ਜਿਹੜੀ ਹੈ ਨਾ, ਕਿਉਂਕਿ ਜੇ ਇੱਕ ਸ਼ਬਦ ਵੀ ਕਿਸੇ ਬੱਚੇ ਨੂੰ ਸਿਖਾ ਦਿੱਤਾ ਜਾਵੇ ਨਾ, ਉਸ ਦੀ ਬਹੁਤ ਮਹਾਨਤਾ ਹੈ। ਸਰ ਜੀ, ਇੱਥੇ ਆਪਾਂ ਗੁਰਮਤੀ ਕਲਾਸ ਲਾਉਂਦੇ ਹਾਂ, ਇਹਦੇ ਵਿੱਚ ਆਪਾਂ ਬੱਚਿਆਂ ਨੂੰ ਫ੍ਰੀ ਮਿਊਜ਼ਿਕ ਸਿਖਾਉਂਦੇ ਹਾਂ, ਜਿੱਦਾਂ ਹਾਰਮੋਨੀਆ ਤਬਲਾ ਗੁਰਬਾਣੀ ਨਾਲ ਜੋੜਦੇ ਹਾਂ। ਇਹ ਸਾਰੀ ਮੇਰੀ ਜਿਹੜੀ ਫੀਸ ਆ ਉਹ ਖਾਲਸਾ ਏਡ ਵੱਲੋਂ ਸੰਸਥਾ ਵੱਲੋਂ ਆਉਂਦੀ ਹੈ। ਬੜਾ ਵਧੀਆ ਉਪਰਾਲਾ ਹੈ, ਇਸ ਪਿੰਡ ਦੇ ਬੱਚੇ ਅਤੇ ਬਾਹਰ ਦੇ ਪਿੰਡ ਦੇ ਬੱਚੇ ਆ ਕੇ ਸਿੱਖਦੇ ਆ, ਬਹੁਤ ਵਧੀਆ ਉਪਰਾਲਾ ਹੈ। ਇਸ ਤੋਂ ਇਲਾਵਾ ਕੁਛ ਬੱਚਿਆਂ ਦੀਆਂ ਫੀਸਾਂ ਵੀ ਉਹਨਾਂ ਨੇ ਫ੍ਰੀ ਕੀਤੀਆਂ ਹੋਈਆਂ, ਉਹਦੇ ਵਿੱਚ ਸਾਡੇ ਸਕੂਲ ਵੱਲੋਂ ਵੀ ਜਿਹੜੀਆਂ ਉਹਨਾਂ ਨਾਲ ਯੋਗਦਾਨ ਪਾਇਆ ਜਾਂਦਾ, 25% ਫੀਸਾਂ ਉਹਨਾਂ ਬੱਚਿਆਂ ਦੀਆਂ ਸਕੂਲ ਵੱਲੋਂ ਦਿੱਤੀਆਂ ਜਾਂਦੀਆਂ। ਹਾਂਜੀ, ਇੱਥੇ ਫ੍ਰੀ ਸ਼ਬਦ ਹੁੰਦੇ ਨੇ, ਮਤਲਬ ਟਿਊਸ਼ਨ ਫ੍ਰੀ ਆ ਖਾਲਸਾ ਐਡ ਵੱਲੋਂ, ਤੇ ਉੱਥੇ ਸ਼ਬਦ ਬਹੁਤ ਵਧੀਆ ਹੁੰਦੇ ਨੇ, ਫ੍ਰੀ ਹੁੰਦੇ ਸਭ, ਬੱਚੇ ਕੋਈ ਆ ਸਕਦੇ ਨੇ। ਮੈਨੂੰ ਇੱਥੇ ਕੁਝ ਸਾਲ ਹੋ ਗਿਆ ਜਦੋਂ ਦਾ ਮੈਂ ਆ ਰਿਹਾ ਹਾਂ, ਅਤੇ ਮੈਨੂੰ ਘਰਦਿਆਂ ਦੀ ਪਿੱਛੇ ਫੁੱਲ ਸਪੋਰਟ ਹੈ, ਉਹ ਵੀ ਕਹਿੰਦੇ ਨੇ ਕਿ ਤੂੰ ਵੀ ਗੁਰੂ ਦੇ ਨਾਲ ਜੋੜ, ਹਾਰਮੋਨੀਅਮ ਸਿੱਖ ਅਤੇ ਕੀਰਤਨ ਕਰਿਆ ਕਰ। ਇੱਥੋਂ ਮੈਨੂੰ ਕਾਫੀ ਸਾਲ ਹੋ ਗਿਆ, ਮੈਂ ਇੱਥੇ ਆਉਂਦੀ ਹਾਂ, ਸ਼ਬਦ ਸਿੱਖਦੀ ਹਾਂ, ਜਪਜੀ ਸਾਹਿਬ, ਮੂਲ ਮੰਤਰ ਅਤੇ ਆਨੰਦ ਸਾਹਿਬ ਸਿਖਾਉਂਦੇ ਨੇ। ਪਹਿਲੀ ਸਰਗਮ ਤੋਂ ਲੈ ਕੇ ਸਾਰੀਆਂ ਸਰਗਮਾਂ ਕਰਾਉਂਦੇ ਨੇ, ਫੁੱਲ ਪੂਰਾ ਸ਼ਬਦ ਕਰਾਉਂਦੇ ਨੇ, ਬੜੇ ਪਿਆਰ ਨਾਲ ਕਰਾਉਂਦੇ ਨੇ। ਲੁਧਿਆਣਾ ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸੋ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਐਸੇ ਪਿੰਡ ਦੇ ਵਿੱਚ ਲੈ ਕੇ ਆਏ ਹਾਂ ਕਿ ਇੱਕ ਸਕੂਲ ਹੈ, ਪਰ ਸਾਰੇ ਸਕੂਲਾਂ ਦੇ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ ਪੜ੍ਹਾਈ ਦੀ, ਪਰ ਇਹੋ ਜਿਹੇ ਸਕੂਲ ਦੇ ਵਿੱਚ ਲੈ ਕੇ ਆਏ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਵਿੱਚ ਪਿੰਡ ਹੈ ਮੀਰਪੁਰ, ਪਿੰਡ ਮੀਰਪੁਰ ਦੇ ਵਿੱਚ ਲੈ ਕੇ ਆਏ ਹਾਂ ਕਿ ਜਿੱਥੇ ਅਲੱਗ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ, ਗੁਰੂ ਨਾਲ ਜੋੜਿਆ ਜਾਂਦਾ ਹੈ, ਬਾਣੀ ਨਾਲ ਜੋੜਿਆ ਜਾਂਦਾ ਹੈ, ਅਤੇ ਆਪਾਂ ਗੱਲਬਾਤ ਵੀ ਕਰਾਂਗੇ। ਸੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਜੀ? ਮਨਜੀਤ ਸਿੰਘ ਜੀ। ਮਨਜੀਤ ਸਿੰਘ ਜੀ, ਕਿੱਦਾਂ ਦੀ ਇੱਥੇ ਸਿੱਖਿਆ ਦਿੱਤੀ ਜਾਂਦੀ, ਕਿਉਂਕਿ ਸਾਰੇ ਸਕੂਲ ਨੇ, ਸਕੂਲਾਂ ਦੇ ਵਿੱਚ ਜਿਹੜੀ ਇਹ ਵਿੱਦਿਆ ਦੀ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ, ਇਹ ਅਲੱਗ ਸਕੂਲ ਆ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਲਾਗੇ ਮੀਰਪੁਰ ਪਿੰਡ ਆ, ਇੱਥੇ ਕਿੱਦਾਂ ਦੀ ਸਿੱਖਿਆ ਦਿੱਤੀ ਜਾਂਦੀ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ। ਸਰ ਜੀ, ਇੱਥੇ ਆਪਾਂ ਗੁਰਮਤੀ ਕਲਾਸ ਲਾਉਂਦੇ ਹਾਂ, ਇਹਦੇ ਵਿੱਚ ਆਪਾਂ ਬੱਚਿਆਂ ਨੂੰ ਫ੍ਰੀ ਮਿਊਜ਼ਿਕ ਸਿਖਾਉਂਦੇ ਹਾਂ, ਜਿੱਦਾਂ ਹਾਰਮੋਨੀਆ ਤਬਲਾ ਗੁਰਬਾਣੀ ਨਾਲ ਜੋੜਦੇ ਹਾਂ, ਸਾਰੇ ਪਾਰਟਸ ਦੀ ਸੰਥਿਆ ਦਿੱਤੀ ਜਾਂਦੀ ਹੈ, ਅਤੇ ਬੱਚਿਆਂ ਕੋਈ ਪੈਸਾ ਨਹੀਂ ਲਿਆ ਜਾਂਦਾ। ਇਹ ਸਾਰੀ ਮੇਰੀ ਜਿਹੜੀ ਫੀਸ ਆ ਉਹ ਖਾਲਸਾ ਏਡ ਵੱਲੋਂ ਸੰਸਥਾ ਵੱਲੋਂ ਆਉਂਦੀ ਹੈ, ਅਤੇ ਬੜਾ ਵਧੀਆ ਉਪਰਾਲਾ ਹੈ, ਇਸ ਪਿੰਡ ਦੇ ਬੱਚੇ ਅਤੇ ਬਾਹਰ ਦੇ ਪਿੰਡ ਦੇ ਬੱਚੇ ਆ ਕੇ ਸਿੱਖਦੇ ਆ, ਬਹੁਤ ਵਧੀਆ ਉਪਰਾਲਾ ਹੈ। ਸੋ ਮਨਜੀਤ ਜੀ, ਪਿੰਡ ਦੇ ਵਿੱਚ ਸਕੂਲ ਹੈ, ਸਕੂਲ ਦੇ ਵਿੱਚ ਸਿੱਖਿਆ ਦਿੱਤੀ ਜਾਂਦੀ, ਗੁਰਬਾਣੀ ਨਾਲ ਜੋੜਿਆ ਜਾਂਦਾ ਬੱਚਿਆਂ ਨੂੰ, ਇਹਦੇ ਵਿੱਚ ਕਿੰਨੀ ਉਮਰ ਤੋਂ ਲੈ ਕੇ ਅਤੇ ਕਿੰਨੀ ਉਮਰ ਤੱਕ ਬੱਚੇ ਨੇ, ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਹਾਂਜੀ, ਇੱਥੇ ਜੀ ਘੱਟੋ ਘੱਟ 5 ਸਾਲ ਤੋਂ ਲੈ ਕੇ ਅਤੇ +2 ਦੇ ਬੱਚੇ ਵੀ ਆ ਰਹੇ ਆ, ਅਤੇ +2 ਤੁਹਾਡੇ ਬੱਚੇ ਵੱਡੇ ਆ ਉਹ ਵੀ ਆ ਸਕਦੇ ਆ, ਕੋਈ ਇਹ 'ਚ ਮੰਨਿਆ ਹੀ ਨਹੀਂ ਹੈ, ਜਿਹੜਾ ਬੱਚਾ ਆ ਸਕਦਾ ਹੈ, ਉਮਰ ਦਾ ਕੋਈ ਹੈ ਨਹੀਂ। ਸੋ ਕਠਿਨਾਈਆਂ ਵੀ ਆਉਂਦੀਆਂ ਨੇ, ਕਿਉਂਕਿ ਛੋਟਾ ਬੱਚਾ ਹੁੰਦਾ ਉਹਨੂੰ ਸਿਖਾਉਣ ਦਾ ਵੀ ਬੜੀ ਪ੍ਰੋਬਲਮ ਆਉਂਦੀ ਹੈ, ਕਿਤੇ ਇੱਦਾਂ ਵੀ ਹੁੰਦਾ ਕਿ ਤੁਹਾਨੂੰ ਪ੍ਰੋਬਲਮ ਆਉਂਦੀ ਹੋਵੇ, ਕਿਉਂਕਿ ਬੱਚੇ ਛੋਟੇ ਬੱਚਿਆਂ ਨੂੰ ਸਿਖਾਉਣਾ ਬੜਾ ਔਖਾ ਹੁੰਦਾ, ਸਿਆਣਾ ਬੱਚਾ ਤਾਂ ਸਮਝ ਜਾਂਦਾ ਹੈ, ਪਰ ਛੋਟੇ ਬੱਚੇ ਨੂੰ ਵੀ ਸਿਖਾਉਂਦੇ ਹੋ ਤੁਸੀਂ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਪ੍ਰੋਬਲਮ ਕੋਈ ਆਉਂਦੀ ਹੈ ਕਿ ਜਾਂ ਨਹੀਂ ਆਉਂਦੀ? ਨਹੀਂ, ਕੋਈ ਪ੍ਰੋਬਲਮ ਨਹੀਂ, ਜੋ ਛੋਟਾ ਬੱਚਾ ਜਿਹੜਾ ਵੱਡੇ ਬੱਚਿਆਂ ਨਾਲ ਵੇਖ ਕੇ ਉਹ ਸਿੱਖ ਜਾਂਦਾ ਆਪਣੇ ਆਪ, ਕੋਈ ਐਡੀ ਪ੍ਰੋਬਲਮ ਦੀ ਗੱਲ ਨਹੀਂ ਹੈ, ਬੜੇ ਪਿਆਰ ਨਾਲ ਸਿਖਾਈਦਾ, ਬੜੇ ਪਿਆਰ ਨਾਲ ਸਿੱਖਦੇ ਬੱਚੇ ਜੀ। ਸੋ ਇਹ ਜਿਹੜਾ ਉਪਰਾਲਾ ਕੀਤਾ ਜਾਂਦਾ, ਫਿਰ ਇਹ ਸਾਰਾ ਫ੍ਰੀ ਆਫ ਕਾਸਟ ਹੁੰਦਾ ਹੈ, ਪੈਸਾ ਤਾਂ ਨਹੀਂ ਲਿਆ ਜਾਂਦਾ?
ਨਹੀਂ ਜੀ, ਇਹ ਸਾਰਾ ਫਰੀ ਆ, ਕਿਸੇ ਬੱਚੇ ਕੋਲ ਪੈਸਾ ਨਹੀਂ ਲਿਆ ਜਾਂਦਾ, ਸਾਰਾ ਫਰੀ ਆ। ਮੇਰੀ ਜਿਹੜੀ ਪੇ ਆ ਉਹ ਖਾਲਸਾ ਐਡ ਵੱਲੋਂ ਹਰ ਮਹੀਨੇ ਆ ਜਾਂਦੀ, ਸੈਲਰੀ ਆ ਜਾਂਦੀ ਹੈ, ਬੱਚਿਆਂ ਕੋਈ ਪੈਸਾ ਨਹੀਂ ਲੈਂਦੇ ਅਸੀਂ। ਸੋ ਫਰੀ ਆਫ ਕੋਸਟ ਜਿਹੜੀ ਇਹ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਹੈ ਬੱਚਿਆਂ ਨੂੰ। ਬੱਚੇ ਛੋਟੀ ਉਮਰ ਤੋਂ ਲੈ ਕੇ ਤਾਂ ਵੱਡੀ ਪਲੱਸ ਟੂ ਤੱਕ ਜਿਹੜੇ ਬੱਚੇ ਨੇ ਉਹ ਵੀ ਇੱਥੇ ਆਣ ਕੇ ਸਿੱਖਦੇ ਨੇ, ਹਾਰਮੋਨੀਅਮ ਅਤੇ ਬਾਣੀ ਦੇ ਨਾਲ ਜੁੜਦੇ ਨੇ। ਆਪਾਂ ਇੱਥੇ ਹੋਰ ਵੀ ਬੱਚੇ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਕੁਲਦੀਪ ਕੌਰ ਹੈ, ਮੈਂ 8th ਕਲਾਸ ਵਿੱਚ ਪੜ੍ਹਦੀ ਹਾਂ ਇਸ ਸਕੂਲ ਵਿੱਚ। ਹਾਂਜੀ, ਇੱਥੇ ਫਰੀ ਸ਼ਬਦ ਹੁੰਦੇ ਨੇ, ਮਤਲਬ ਟਿਊਸ਼ਨ ਫਰੀ ਆ ਖਾਲਸਾ ਐਡ ਵੱਲੋਂ, ਤੇ ਉੱਥੇ ਸ਼ਬਦ ਬਹੁਤ ਵਧੀਆ ਹੁੰਦੇ ਨੇ, ਫਰੀ ਹੁੰਦੇ ਸਭ, ਬੱਚੇ ਕੋਈ ਆ ਸਕਦੇ ਨੇ ਦੂਰੋਂ ਦੂਰੋਂ। ਕਿੰਨੀ ਦੇਰ ਤੋਂ ਜਿਹੜਾ ਇਹ ਸਕੂਲ ਚੱਲ ਰਿਹਾ ਹੈ, ਇੱਦਾਂ ਹੀ ਫਰੀ ਕਲਾਸਿਸ ਲੱਗਦੀ ਹੈ, ਗੁਰਬਾਣੀ ਨਾਲ ਜੋੜਿਆ ਜਾਂਦਾ, ਕੀ ਫਿਰ ਤੁਹਾਨੂੰ ਸਿਖਾਉਂਦੇ ਜਦੋਂ ਤੁਸੀਂ ਇੱਥੇ ਕਲਾਸਿਸ ਵਿੱਚ ਕਲਾਸ ਲਾਉਣ ਆਉਂਦੇ ਜੀ? ਬਾਬਾ ਜੀ 2016 ਤੋਂ ਇੱਥੇ ਆਉਂਦੇ ਰਹੇ ਨੇ, ਪਹਿਲੇ ਵੀ ਆਉਂਦੇ ਰਹੇ, ਹੁਣ ਫਿਰ ਸਟਾਰਟ ਕੀਤਾ ਆ। ਇੱਥੋਂ ਮੈਨੂੰ ਕਾਫੀ ਸਾਲ ਹੋ ਗਿਆ, ਮੈਂ ਇੱਥੇ ਆਉਂਦੀ ਹਾਂ, ਸ਼ਬਦ ਸਿੱਖਦੀ ਹਾਂ, ਜਪ ਜੀ ਸਾਹਿਬ, ਮੂਲ ਮੰਤਰ ਅਤੇ ਆਨੰਦ ਸਾਹਿਬ ਸਿਖਾਉਂਦੇ ਨੇ, ਪਹਿਲੀ ਸਰਗਮ ਤੋਂ ਲੈ ਕੇ ਸਾਰੀਆਂ ਸਰਗਮਾਂ ਕਰਾਉਂਦੇ ਨੇ, ਫੁੱਲ ਪੂਰਾ ਸ਼ਬਦ ਕਰਾਉਂਦੇ ਨੇ, ਬੜੇ ਪਿਆਰ ਨਾਲ ਕਰਾਉਂਦੇ ਨੇ, ਬਹੁਤ ਵਧੀਆ ਲੱਗਦਾ ਹੈ। ਪਰਿਵਾਰ ਦੀ ਵੀ ਫਿਰ ਪੂਰੀ ਸਪੋਰਟ ਹੈ, ਕਿਉਂਕਿ ਬੱਚਾ ਜਦੋਂ ਜਾਂਦਾ ਨਾ ਕਲਾਸਿਸ ਲੈਣ ਜਾਂ ਪੜ੍ਹਾਈ ਕਰਨ ਵੀ ਜਾਂਦਾ, ਪਰਿਵਾਰ ਦੀ ਸਪੋਰਟ ਹੋਵੇ ਤਾਂ ਫਿਰ ਬੱਚਾ ਆਪ ਹੀ ਅੱਗੇ ਚੱਲ ਜਾਂਦਾ। ਪਰਿਵਾਰ ਦੇ ਵਿੱਚ ਕਿੱਦਾਂ ਦੀ ਸਪੋਰਟ ਆ ਤੁਹਾਨੂੰ ਕਿ ਤੁਸੀਂ ਇੱਥੇ ਕਲਾਸਿਸ ਲਾਉਣ ਆਉਂਦੇ ਹੋ, ਗੁਰਬਾਣੀ ਨਾਲ ਜੁੜਨ ਆਉਂਦੇ ਹੋ, ਕੀਰਤਨ ਤੁਸੀਂ ਸਿੱਖਣ ਆਉਂਦੇ ਹੋ, ਪਰਿਵਾਰ ਦੀ ਕਿੰਨੀ ਕੁ ਸਪੋਰਟ? ਪਰਿਵਾਰ ਦੀ ਫੁੱਲ ਸਪੋਰਟ ਹੈ, ਉਹਨਾਂ ਨੇ ਮੈਨੂੰ ਉਹ ਕਹਿੰਦੇ ਸੀ ਕਿ ਗੁਰਬਾਣੀ ਨਾਲ ਲੱਗੋ, ਬਾਬੇ ਦੀ ਚਰਨੀ ਲੱਗੋ, ਜਾਇਆ ਕਰੋ ਰੋਜ਼। ਇਹ ਵਧੀਆ ਗੱਲ ਹੁੰਦੀ ਆ ਕਿ ਹਾਂ, ਦਿਲ 'ਚ ਬਾਬੇ ਨੂੰ ਬਿਠਾਇਆ ਨਾ, ਫਿਰ ਕੋਈ ਗੱਲ ਨਹੀਂ, ਮਾੜੇ ਕੰਮਾਂ ਨਾਲ ਤਾਂ ਸਭ ਅੱਗੇ ਹੁੰਦੇ ਨੇ, ਪਰ ਚੰਗੇ ਕੰਮ ਲਈ ਕੋਈ ਅੱਗੇ ਨਹੀਂ ਆਉਂਦਾ। ਅਤੇ ਖੁਦ ਪਾਠ ਕਰਿਆ ਕਰੋ, ਸ਼ਾਮ ਨੂੰ ਸਵੇਰੇ ਮੂਲ ਮੰਤਰ ਕਰਿਆ ਕਰੋ, ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਕੀਰਤਨ ਕਰਿਆ ਕਰੋ ਕਿ ਰੱਬ ਤੁਹਾਨੂੰ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖੇ। ਸੋ ਹੋਰ ਵੀ ਇੱਥੇ ਮੌਜੂਦ ਨੇ ਜਿਹੜੇ ਇੱਥੇ ਕੀਰਤਨ ਸਿੱਖਣ ਆਉਂਦੇ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਜੀ? ਹਰਜੋਤ ਸਿੰਘ। ਹਰਜੋਤ ਜੀ, ਫਿਰ ਤੁਸੀਂ ਵੀ ਗੁਰੂ ਨਾਲ ਜੁੜਨ ਆਉਂਦੇ ਹੋ, ਕੀਰਤਨ ਸਿੱਖਣ ਆਉਂਦੇ ਹੋ, ਕਿੱਦਾਂ ਦਾ ਫਿਰ ਲੱਗਦਾ ਤੁਹਾਨੂੰ? ਮੈਨੂੰ ਬਹੁਤ ਵਧੀਆ ਲੱਗਦਾ, ਕਿਉਂਕਿ ਇੱਥੇ ਸਰ ਸਾਨੂੰ ਪਹਿਲਾਂ ਆਉਂਦੇ ਆ ਮੂਲ ਮੰਤਰ ਅਤੇ ਜਪਜੀ ਸਾਹਿਬ ਦਾ ਪਾਠ ਕਰਵਾਉਂਦੇ ਨੇ, ਫਿਰ ਇੱਥੇ ਸਾਨੂੰ ਹਾਰਮੋਨੀਅਮ ਦੀ ਸਿੱਖਿਆ ਦਿੱਤੀ ਜਾਂਦੀ ਹੈ। ਕਿੰਨੀ ਦੇਰ ਤੋਂ ਹੈ ਜਿਹੜਾ ਤੁਸੀਂ ਕਲਾਸਿਸ ਲਾ ਰਹੇ ਹੋ, ਕਿਉਂਕਿ ਸਕੂਲਾਂ ਦੇ ਵਿੱਚ ਪੜ੍ਹਾਈ ਵੀ ਸਿਖਾਉਂਦੇ ਨੇ, ਇਹ ਅਨੋਖਾ ਸਕੂਲ ਆ ਜਿਹਦੇ ਵਿੱਚ ਗੁਰਬਾਣੀ ਨਾਲ ਜੋੜਿਆ ਜਾਂਦਾ, ਕਿੱਦਾਂ ਦਾ ਫਿਰ ਲੱਗਦਾ ਤੁਹਾਨੂੰ? ਤੁਹਾਡੇ ਪੇਰੈਂਟਸ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਵੀ ਕਿਤੇ ਨਾ ਕਿਤੇ ਮਾਣ ਵਾਲੀ ਗੱਲ ਹੁੰਦੀ ਹੈ ਕਿ ਤੁਸੀਂ ਕਲਾਸਿਸ ਲਾਉਣ ਆਉਂਦੇ ਹੋ, ਕੀਰਤਨ ਸਿੱਖਣ ਆਉਂਦੇ ਹੋ, ਗੁਰੂ ਦੇ ਨਾਲ ਜੁੜਨ ਆਉਂਦੇ ਹੋ, ਕੀ ਇਹ ਕਹਿਣਾ ਚਾਹੁੰਦੇ ਹੋ? ਮੈਨੂੰ ਇੱਥੇ ਕੁਝ ਸਾਲ ਕੁ ਹੋ ਗਿਆ ਜਦੋਂ ਦਾ ਮੈਂ ਆ ਰਿਹਾ ਹਾਂ, ਅਤੇ ਮੈਨੂੰ ਘਰਦਿਆਂ ਦੀ ਪਿੱਛੇ ਫੁੱਲ ਸਪੋਰਟ ਹੈ, ਉਹ ਵੀ ਕਹਿੰਦੇ ਨੇ ਕਿ ਤੂੰ ਵੀ ਗੁਰੂ ਦੇ ਨਾਲ ਜੋੜ, ਹਾਰਮੋਨੀਅਮ ਸਿੱਖ ਅਤੇ ਕੀਰਤਨ ਕਰਿਆ ਕਰ। ਇਸ ਕਰਕੇ ਮੈਂ ਇੱਥੇ ਰੋਜ਼ 4 ਵਜੇ ਤੋਂ 6 ਵਜੇ ਤੱਕ ਆਉਂਦਾ ਹੈ। ਸੋ ਵਧੀਆ ਲੱਗਦਾ ਕਿ ਤੁਸੀਂ ਆਣ ਕੇ ਗੁਰੂ ਦੇ ਨਾਲ ਜੁੜਦੇ ਹੋ, ਅਤੇ ਕਿੰਨੇ ਵਜੇ ਤੋਂ ਕਲਾਸ ਸਟਾਰਟ ਹੁੰਦੀ ਹੈ ਅਤੇ ਕਿੰਨੇ ਵਜੇ ਤੱਕ ਕਲਾਸ ਰਹਿੰਦੀ ਹੈ? ਮੈਨੂੰ ਬਹੁਤ ਵਧੀਆ ਲੱਗਦਾ, ਅਤੇ ਇੱਥੇ 4 ਵਜੇ ਤੋਂ 6 ਵਜੇ ਤੱਕ ਕਲਾਸ ਲੱਗਦੀ ਹੈ, ਸੋਮਵਾਰ ਅਤੇ ਸ਼ੁੱਕਰਵਾਰ। ਇੱਥੇ ਕੋਈ ਵੀ ਬੱਚਾ ਆ ਸਕਦਾ, ਚਾਹੇ ਵੱਡਾ ਹੈ ਚਾਹੇ ਛੋਟਾ। ਹਾਂਜੀ, ਫੁੱਲ ਫਰੀ ਹੈ ਜੀ। ਸੋ ਆਪਾਂ ਗੱਲਬਾਤ ਵੀ ਕੀਤੀ ਹੈ ਜੀ, ਉਹਨਾਂ ਨੇ ਕਿਹਾ ਜੀ ਫਰੀ ਆਫ ਕੋਸਟ ਹੈ, ਕਿਸੇ ਕੋਲ ਕੋਈ ਪੈਸਾ ਨਹੀਂ ਲਿਆ ਜਾਂਦਾ, ਉਮਰ ਜਿੰਨੀ ਮਰਜ਼ੀ ਹੋਵੇ, ਸਾਰਿਆਂ ਦੇ ਨਾਲ ਇੱਕੋ ਜਿਹਾ ਹੀ ਜਿਹੜਾ ਹੈ ਰਤੀਆ ਕੀਤਾ ਜਾਂਦਾ ਹੈ, ਕਿਉਂਕਿ ਗੁਰੂ ਦੇ ਨਾਲ ਜੋੜਨਾ ਹੈ, ਗੁਰੂ ਦੇ ਨਾਲ ਜੋੜਨਾ ਹੈ।
ਅਤੇ ਨਾਲ ਦੀ ਨਾਲ ਆਪਾਂ ਜਿਹੜਾ ਇਹ ਕੁਝ ਬੰਨਾ ਵੀ ਹੈ ਗੁਰੂ ਨਾਲ ਜੁੜ ਜਾਓ ਅਤੇ ਆਪੇ ਹੀ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ। ਸੋ ਆਪਾਂ ਗੱਲਬਾਤ ਵੀ ਕਰਦੇ ਹਾਂ ਜਿਹੜੇ ਇੱਥੋਂ ਦੇ ਸਕੂਲ ਦੇ ਪ੍ਰਿੰਸੀਪਲ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਜੀ? ਮੇਰਾ ਨਾਮ ਜਰਨੈਲ ਸਿੰਘ ਕਾਲੋ ਹੈ ਜੀ। ਕਾਲੋ ਸਾਹਿਬ, ਸਕੂਲ ਦੇਖੇ ਨੇ ਪਰ ਅਨੋਖਾ ਸਕੂਲ ਦੇਖਿਆ ਜਿੱਥੇ ਕਿ ਗੁਰਬਾਣੀ ਨਾਲ ਜੋੜਿਆ ਜਾਂਦਾ, ਕਲਾਸਿਸ ਲੱਗਦੀ ਹੈ, ਉਹ ਵੀ ਫ੍ਰੀ ਆਫ ਕੋਸਟ, ਕੀ ਕਹਿਣਾ ਚਾਹੁੰਦੇ ਹੋ? ਵੇਖੋ ਜੀ, ਇਹ ਖਾਲਸਾ ਏਡ ਦਾ ਬਹੁਤ ਵੱਡਾ ਉਪਰਾਲਾ ਹੈ, ਬਹੁਤ ਵੱਡੀ ਸੇਵਾ ਹੈ ਜਿਹੜੀ ਹੈ ਨਾ, ਕਿਉਂਕਿ ਜੇ ਇੱਕ ਸ਼ਬਦ ਵੀ ਕਿਸੇ ਬੱਚੇ ਨੂੰ ਸਿਖਾ ਦਿੱਤਾ ਜਾਵੇ ਨਾ, ਉਸ ਦੀ ਬਹੁਤ ਮਹਾਨਤਾ ਹੈ ਕਿ ਖਾਲਸਾ ਏਡ 8 ਸਾਲ ਤੋਂ ਪਿਛਲੇ ਤੋਂ ਸਾਡੇ ਇੱਥੇ ਸਕੂਲ 'ਚ ਜਿਹੜੀ ਹੈ ਸੈਂਟਰ ਚਲਾ ਰਹੀ ਹੈ, ਜਿਹਦੇ 'ਚ ਟਿਊਸ਼ਨ ਵੀ ਫ੍ਰੀ ਹੈ ਅਤੇ ਕੀਰਤਨ ਵੀ ਫ੍ਰੀ ਸਿਖਾਇਆ ਜਾਂਦਾ, ਜਿਹਦੇ ਨਾਲ ਬੱਚੇ ਨਾਮ ਬਾਣੀ ਨਾਲ ਵੀ ਜੁੜਦੇ ਨੇ ਅਤੇ ਨਾਲ ਦੀ ਨਾਲ ਪੜ੍ਹ ਕੇ ਵੱਡੀਆਂ ਪੋਸਟਾਂ 'ਤੇ ਵੀ ਪਹੁੰਚਦੇ ਨੇ। ਸੋ ਫਿਰ ਇਹ ਕਿੱਦਾਂ ਮੈਨੇਜ ਕਰਦੇ ਹੋ ਤੁਸੀਂ, ਇਹ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਕਲਾਸ ਲੱਗਦੀ? ਕਿਉਂਕਿ ਸਵੇਰ ਤੋਂ ਲੈ ਕੇ ਜਿਹੜਾ ਦੁਪਹਿਰ ਤੱਕ ਤਾਂ ਕਲਾਸਿਸ ਲੱਗਦੀਆਂ ਲੱਗਦੀਆਂ ਸਕੂਲ ਦੇ ਵਿੱਚ, ਉਸ ਤੋਂ ਬਾਅਦ ਜਿਹੜਾ ਇਹ ਜਿਹੜਾ ਕਲਾਸ ਲੱਗਦੀ ਹੈ, ਸਪੈਸ਼ਲ ਕਲਾਸ ਲੱਗਦੀ ਹੈ, ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਲੱਗੀ ਜਾਂਦੀ? ਇਹ ਜਿਹੜੀ ਕਲਾਸ ਹੈ ਜੀ 4 ਵਜੇ ਤੋਂ ਲੈ ਕੇ 6 ਵਜੇ ਤੱਕ ਸਕੂਲ ਵਿੱਚ ਲੱਗਦੀ ਹੈ। ਸਾਰੇ ਬੱਚੇ ਜਿਹੜੇ ਮਰਜ਼ੀ ਪਿੰਡ ਦੇ, ਜਿਹੜੀ ਮਰਜ਼ੀ ਕਾਸਟ ਦੇ, ਜਿਹੜੇ ਮਰਜ਼ੀ ਸਕੂਲ ਦੇ, ਇਸ ਸਕੂਲ ਵਿੱਚ ਆਣ ਕੇ ਟਿਊਸ਼ਨ ਵੀ ਪੜ੍ਹ ਸਕਦੇ ਨੇ ਅਤੇ ਕੀਰਤਨ ਵੀ ਸਿੱਖਦੇ ਨੇ। ਅਤੇ ਖਾਲਸਾ ਵੱਲ ਏਡ ਵੱਲੋਂ ਹੀ ਜਿਹੜੀ ਹੈ ਇਹ ਇਹਨਾਂ ਨੂੰ ਜਿਹੜੇ ਟੀਚਰ ਨੇ ਇਹਨਾਂ ਦੇ ਉਹਨਾਂ ਨੂੰ ਭੇਟਾ ਦਿੱਤੀ ਜਾਂਦੀ ਹੈ, ਕੀਰਤਨੀਆਂ ਨੂੰ ਭੇਟਾ ਦਿੱਤੀ ਜਾਂਦੀ ਹੈ ਜਿਹੜੇ ਬੱਚੇ ਕਿਨੋਂ ਕੀਰਤਨ ਸਿਖਾਉਂਦੇ ਨੇ। ਇਸ ਤਰ੍ਹਾਂ ਸਕੂਲ ਵੱਲੋਂ ਵੀ ਜਿਹੜੇ ਬੱਚਿਆਂ ਦੀਆਂ ਉਹਨਾਂ ਨੇ ਕੁਛ ਬੱਚਿਆਂ ਦੀਆਂ ਟਿਊਸ਼ਨਾਂ ਵੀ ਫ੍ਰੀ ਕੀਤੀਆਂ ਹੋਈਆਂ ਨੇ, ਟਿਊਸ਼ਨਾਂ ਤੋਂ ਇਲਾਵਾ ਸਾਰਿਆਂ ਬੱਚਿਆਂ ਦੀ ਟਿਊਸ਼ਨ ਫ੍ਰੀ ਹੈ, ਇਸ ਤੋਂ ਇਲਾਵਾ ਕੁਛ ਬੱਚਿਆਂ ਦੀਆਂ ਫੀਸਾਂ ਵੀ ਉਹਨਾਂ ਨੇ ਫ੍ਰੀ ਕੀਤੀਆਂ ਹੋਈਆਂ ਨੇ। ਉਹਦੇ ਵਿੱਚ ਸਾਡੇ ਸਕੂਲ ਵੱਲੋਂ ਵੀ ਜਿਹੜੀਆਂ ਉਹਨਾਂ ਨਾਲ ਯੋਗਦਾਨ ਪਾਇਆ ਜਾਂਦਾ, 25% ਫੀਸਾਂ ਉਹਨਾਂ ਬੱਚਿਆਂ ਦੀਆਂ ਸਕੂਲ ਵੱਲੋਂ ਦਿੱਤੀਆਂ ਜਾਂਦੀਆਂ। ਹਾਂ ਹਾਂ, ਸਵੇਰ ਤੋਂ ਜਿਹੜੀਆਂ ਕਲਾਸਾਂ ਨੇ ਉਹ ਵਿੱਦਿਆ ਦੀਆਂ ਜਿਹੜੀਆਂ ਸਕੂਲ ਟਾਈਮ 'ਤੇ ਲੱਗਦੀਆਂ ਨੇ, ਉਹ ਤਾਂ ਉਹਨਾਂ ਦੀ ਬੱਚੇ ਫੀਸ ਪੇ ਕਰਦੇ ਨੇ, ਪਰ ਜਿਹੜੀ ਸ਼ਾਮ ਨੂੰ ਟਿਊਸ਼ਨ ਅਤੇ ਕੀਰਤਨ ਦੀ ਕਲਾਸ ਹੁੰਦੀ ਹੈ ਉਹਦੇ ਵਿੱਚ ਕੋਈ ਵੀ ਬੱਚਾ ਫੀਸ ਨਹੀਂ ਪੇ ਕਰਦਾ, ਸਾਰਾ ਕੁਛ ਸਕੂਲ ਵੱਲੋਂ ਅਤੇ ਖਾਲਸਾ ਏਡ ਵੱਲੋਂ ਕੀਤਾ ਜਾਂਦਾ। ਸੋ ਗੱਲਬਾਤ ਕੀਤੀ ਹੈ ਜੀ ਪ੍ਰਿੰਸੀਪਲ ਨਾਲ, ਉਹਨਾਂ ਨੇ ਵੀ ਕਿਹਾ ਜੀ ਖਾਲਸਾ ਏਡ ਵਾਲਿਆਂ ਦਾ ਜਿਹੜਾ ਇਹ ਸਾਰਾ ਉਪਰਾਲਾ ਹੈ, ਅਤੇ ਸਾਰਾ ਉਪਰਾਲਾ ਜਿਹੜਾ ਖਾਲਸਾ ਏਡ ਵਾਲਿਆਂ ਦਾ ਹੈ, ਉਹਨਾਂ ਦੇ ਉਪਰਾਲੇ ਸਦਕਾ ਹੀ ਜਿਹੜਾ ਇਹ ਕਲਾਸਿਸ ਲੱਗਦੀ ਹੈ ਅਤੇ ਕਿਸੇ ਕੋਲੋਂ ਵੀ ਕੋਈ ਪੈਸਾ ਨਹੀਂ ਲਿਆ ਜਾਂਦਾ, ਭਾਵੇਂ ਉਹ ਛੋਟੀ ਕਲਾਸ ਦਾ ਬੱਚਾ ਹੈ ਅਤੇ ਵੱਡੀ ਕਲਾਸ ਦਾ ਬੱਚਾ ਹੈ, ਸਾਰੇ ਇੱਕੋ ਜਿਹੇ ਆਣ ਕੇ ਇੱਥੇ ਆਣ ਕੇ ਜਿਹੜਾ ਹੈ ਉਹ ਗੁਰੂ ਨਾਲ ਜੁੜ ਸਕਦੇ ਨੇ। ਸੋ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ, ਲੁਧਿਆਣਾ ਲਾਈਵ, ਲੱਕੀ ਰਾਜਪੂਤ, ਗੁਰਦਾਸਪੁਰ।